ਤੇਜ਼ਾਬੀ ਟੋਟੇ 180 ਦਾ ਟਾਰਗੇਟ ਤੇ ਲਾਹੌਰ ਕਲੰਦਰ ਗੇਂਦ ਉਹਨੇ ਸਿੱਟ ਦਿੱਤੀ ਆ ਸਿੱਧੀ ਜਲੰਧਰ ਇਸ ਛਿੱਕੇ ਤੇ ਇਹਨੂੰ 3 ਪਹੀਆਂ ਵਾਲਾ ਸਾਈਕਲ ਮਿਲਣਾ ਦੇਖ ਰਾਣਾ ਸਾਹਿਬ ਦੀ ਵੱਖੀਆਂ ਤੋਂ ਆਸਾ ਨਿਕਲ ਰਿਹਾ ਐ ਲੈ ਤੇ ਹੁਣ ਅੱਖਾਂ 'ਚ ਆਂਸੂ ਆ ਰਹੇ ਹੋਣੇ ਨੇ ਉਹ ਐਂਟੀਨੇ ਥੱਲੇ ਕਰ ਲਾ ਬੈਟਸਮੈਨ ਦਾ ਸਿਗਨਲ ਉੱਡ ਗਿਆ ਲੈ ਵੀ ਪਿਛਲੇ ਦੀ ਮੋਮਬੱਤੀ ਨੂੰ ਬੁੱਝੇ 2 ਮਿੰਟ ਨਹੀਂ ਹੋਏ ਅਗਲੇ ਦਾ ਡੀਵਾ ਵੀ ਬੁੱਝ ਗਿਆ ਇਹ ਜਿੱਦਾਂ ਬਾਹਾਂ ਉੱਤੇ ਕਰਦਾ ਨਾ ਕਿਸੇ ਟਾਈਮ ਚੰਦਾ ਮਾਮੂ ਨੇ ਇਹਦਾ ਹੱਥ ਫੜ ਕੇ ਖਿੱਚ ਲੈਣਾ ਮੈਚ ਹੁਣ ਫਖਰ ਜ਼ਮਾਨ ਦੇ ਮੋਢਿਆਂ ਤੇ ਆ ਬਸ ਫਿਰ ਉਹਨੇ ਮਾੜੇ ਜਿਹੇ ਮੋਢੇ ਹਿਲਾਏ ਨੇ ਤੇ ਗੇਂਦ ਰਾਓ ਅਨਵਾਰੰਗੋ ਮੁਲਕੋਂ ਬਾਹਰ ਯਾਰ ਟਾਰਗੇਟ ਬਹੁਤ ਟਫ ਆ ਤੇ ਇੱਧਰ ਫਖਰ ਜ਼ਮਾਨ ਦੇ ਬੱਲੇ ਦੀਆਂ ਵੀ ਅੱਖਾਂ ਖੁੱਲ ਗਈਆਂ ਨੇ ਹਾਲੇ ਤੇ ਉਮਰ ਅਕਮਲ ਨੇ ਆਪਣੇ ਰੰਗ ਵਿਖਾਣੇ ਨੇ ਇਹ ਦੇਖ ਬੇਟਾ ਰੰਗ ਘੱਟ ਤੇ ਰੰਗਬਾਜ਼ੀ ਬਹੁਤੀ ਵਿਖਾਉਂਦਾ ਇਹ ਹਿਸਾਬ ਲਾ ਰਿਹਾ ਕਿ ਉਮਰ ਅਕਮਲ ਨੂੰ ਖੁੱਸੇ ਜ਼ਿਆਦਾ ਪੈਣੇ ਨੇ ਕਿ ਪੰਪੀਆਂ ਲੈ ਵੀ ਫਖਰ ਦੀ 50 ਆਉਣ ਵਾਲੀ ਆ ਕਿਉਂ ਫਿਰ ਬੇਟਾ ਗੇਮ ਸ਼ਹਿਦਾਦ ਆ ਨਾ ਗੰਦੀ ਬੈਟਿੰਗ ਛੱਡੇਗਾ ਨਾ ਕੈਚ ਕੋਈ ਨਹੀਂ 31 ਗੇਂਦਾਂ ਤੇ 48 6 ਵਿਕਟਾਂ ਹੱਥੇ 'ਚ ਆ ਲੈ ਫਿਰ ਇੱਕ ਤੇ ਮੱਛੀ ਵਾਂਗੂ ਪੈਰੋਂ ਨਿਕਲ ਗਈ ਚੱਲ 5 ਕਿਹੜਾ ਘੱਟ ਹੁੰਦੀਆਂ ਨੇ ਲੈ ਫਿਰ 5ਵੀਂ ਨੂੰ ਵੀ ਪਾਰ ਲੱਗ ਗਈ ਓਏ 4 ਵੀ ਬਹੁਤ ਆ ਬੇਟਾ ਉਹ ਸੀਰੀਅਸ ਹੀ ਨਹੀਂ ਹੈਗੇ ਤੇ ਵਿਕਟਾਂ ਬਚਾ ਕੇ ਕੀ ਅਚਾਰ ਪਾਣਾ ਲੈ ਹੁਣ ਤੱਕ 3 ਸਕੋਰ ਤੇ 4 ਵਿਕਟਾਂ ਦੀ ਚਿਤਾ ਜਲ ਗਈ ਹੈ ਇਹ ਐ ਛਿੱਕੇ ਦਾ ਮੈਂ ਵੇਟ ਕਰ ਰਿਹਾ ਸੀ ਤੇ ਅਗਲੇ ਵੀ ਗਾਟੀ ਪਾ ਕੇ ਗੇਂਦ ਥੱਲੇ ਖਿੱਚ ਲੈਂਦੇ ਆ ਤੇ ਉਧਰ ਹੈਟ੍ਰਿਕ ਵੀ ਹੋਣ ਲੱਗੀ ਹੈ ਐਡਾ ਵੀ ਆਸਾਨ ਨਹੀਂ ਆਹੋ ਐਡਾ ਵੀ ਆਸਾਨ ਨਹੀਂ ਇੱਕ ਉਸਤਰੇ ਨਾਲ 3 ਟਿੰਡਾਂ ਕਰਨੀਆਂ ਉਹ ਵੀ ਤੇਜ਼ ਕੀਤੀਆਂ ਬਗੈਰ ਲੈ ਐਡੀ ਖੁਸ਼ੀ ਤੇ PTI ਨੂੰ ਮੀਆਂ ਦੇ ਨਾਲ ਅਹਿਲ ਹੋਣ ਤੇ ਨਹੀਂ ਹੋਈ ਹੋਣੀ ਕੋਈ ਨਹੀਂ ਆਖਰੀ ਖਿਲਾੜੀ ਵੀ ਟਿਕ ਸਕਦਾ ਬੇਟਾ ਉਹ ਖਿਲਾੜੀ ਨਹੀਂ ਟਿਕਦੇ ਜਿਨ੍ਹਾਂ ਤੇ ਟਿਕ ਲੱਗ ਜਾਏ ਲੋ ਜੀ ਇਹ ਮੈਚ ਨਾ ਸਿਰਫ ਲਾਹੌਰ ਕਲੰਦਰ ਦੀ ਪਹੁੰਚ ਦੂਰ ਹੋਇਆ ਬਲਕਿ ਦਫਾ ਦੂਰ ਹੋ ਗਿਆ ਤੇਜ਼ਾਬੀ ਟੋਟੇ।